किसानों का आंदोलन पिछले 13 फरवरी से जारी है। किसान अपनी मांगों को लेकर पंजाब हरियाणा के बॉर्डर पर डटे हुए हैं। इस बीच किसान नेता सरवन सिंह पंढेर ने प्रेस वार्ता की, जहां उन्होंने कहा कि किसानों को लेकर सरकार गलत प्रचार कर रही है। पंढेर ने कहा कि झूठ के बल पर बीजेपी देश में चुनाव लड़ रही है, लेकिन वह ऐसे होने नहीं देंगे। सुनिए क्या कुछ कहना है किसान नेता सरवन सिंह पंढेर का। सवाल तो है भी इस तरीके नाल लगभग जदों भी पिंडां च यह मीटिंगां कर रहे ने और जदों मीटिंगां कर रहे ने ते अंदर बाहर तो नहीं बोल रहे, ना स्पष्ट विच किसी प्रेस कॉन्फ्रेंस से गल कर रहे हैं, ना ओपन किसी मीडिया से गल कर रहे हैं, ना जिथे मीडिया हुंदा जां जनतक गलबात हुंदी है उत्थे गल कर रहे हैं। अंदर जिहड़ियां मीटिंगां हो रही उन्हां विच लोकां विच परसैप्शन बनाउण दी यतन हो रहे हैं भी साडी तां सारे आगूआं नाल मोर्चे दे आगूआं नाल गलबात हो रही आ और लगभग जिवें उन्हां दा भी असीं मोर्चा लगभग खत्म ही करवा लेना हैगा और फिर जदों सधारण किसान सधारण बंदे उन्हां दीआं मीटिंगां चमदे आ जिहड़ियां उन्हां दीआं कितें घरां 'च हुंदियां उन्हां दे मनां 'च मोर्चे प्रति ਕਿਸਾਨ ਆਗੂਆਂ ਪ੍ਰਤੀ ਕਿਸਾਨ ਆਗੂਆਂ ਦੇ ਕਿਰਦਾਰ 'ਤੇ ਜਦੋਂ ਉਂਗਲ ਚੱਕੀ ਜਾਂਦੀ ਆ ਉਹ ਸ਼ੱਕ ਸ਼ੁਬਾ ਹੁੰਦਾ ਵਾ ਔਰ ਉਹਦੇ ਨਾਲ ਜਿਹੜਾ ਸਾਡਾ ਮੋਰਚਾ ਚੱਲਦਾ ਉਹਨੂੰ ਠੇਸ ਪਹੁੰਚਦੀ ਹੈਗੀ ਆ। ਤੋ ਅਸੀਂ ਤਾਂ ਚਾਹਵਾਂਗੇ ਵੀ ਵਾਕਿਆ ਜੇ ਸਰਦਾਰ ਰਣਜੀਤ ਸਿੰਘ ਜੀ ਜਿਹੜੇ ਸਾਬਕਾ MLA ਰਹੇ ਨੇ ਉਹ ਬੇਅੰਤ ਸਿੰਘ ਸਰਕਾਰ ਦੇ ਵਿੱਚ MLA ਬਣੇ ਸੀ, ਕਾਂਗਰਸ ਦੀ ਟਿਕਟ ਤੋਂ ਵੀ ਮਜੀਠੇ 'ਚ ਲੜੇ ਸੀ, ਜਿੱਤ ਨਹੀਂ ਸੀ ਸਕੇ ਹੈਗੇ ਔਰ ਉਹ ਜਦੋਂ ਕਾਂਗਰਸ ਸੀ ਉਦੋਂ ਕਾਂਗਰਸ ਦੇ ਨਾਲ ਸੀਗੇ, ਫਿਰ ਅਕਾਲੀ ਦਲ ਦੇ ਵਿੱਚ ਵੀ ਰਹੇ ਆ ਤਾਂ ਹੁਣ ਤਾਜ਼ਾ ਭਾਜਪਾ ਉਹਨਾਂ ਨੇ ਜੁਆਇਨ ਕੀਤੀ ਹੈਗੀ ਆ ਇਸ ਵੇਲੇ। ਤਾਂ ਸਾਡਾ ਦੂਜਾ ਵੀ ਉਹ ਇਸ ਕਰਕੇ ਉਹ ਸਪਸ਼ਟ ਕਰਨ, ਜੇ ਵਾਕਿਆ ਹੀ ਉਹਨਾਂ ਕੋਲ ਕੋਈ ਸਬੂਤ ਹੈਗੇ ਆ ਤਾਂ ਉਹ ਸਗੋਂ ਪ੍ਰੈਸ ਦੇ ਵਿੱਚ ਆਉਣ, ਆਪਣੀ ਗੱਲ ਨੂੰ ਭਾਜਪਾ ਦੇ ਵੱਡੇ ਲੀਡਰਾਂ ਨੂੰ ਨਾਲ ਲੈ ਕੇ ਜਨਤਕ ਕਰਨ ਵੀ ਕਿਹੜੇ ਕਿਹੜੇ ਆਗੂਆਂ ਨਾਲ ਉਹਨਾਂ ਦੀ ਗੱਲ ਹੋਈ ਆ ਅਤੇ ਕਿੰਨਾ ਕਿੰਨਾ ਕਿਸੇ ਨੇ ਪੈਸਾ ਮੰਗਿਆ ਹੈਗਾ। ਤੋ ਜੇਕਰ ਉਹਨਾਂ ਦੀ ਗੱਲ ਇਹ ਝੂਠੀ ਹੈਗੀ ਆ, ਜੇ ਉਹ ਝੂਠੇ ਇਲਜ਼ਾਮ ਲਾ ਰਹੇ ਨੇ ਤਾਂ ਅਸੀਂ KMM ਦੇ ਵਿੱਚ ਤਾਂ SKM ਨੋਨ ਪੋਲੀਟੀਕਲ ਦੇ ਵਿੱਚ ਇਹ ਏਜੰਡਾ ਵਿਚਾਰਾਂਗੇ ਔਰ ਨਿੱਜੀ ਤੌਰ 'ਤੇ ਹੀ ਉਹਨਾਂ ਨੂੰ ਭਾਈ 5-6 ਦਿਨ ਦਾ ਸਮਾਂ ਵਾ, ਉਹ ਜੂ ਸਥਿਤੀ ਨੂੰ ਸਪਸ਼ਟ ਕਰਨ। ਭਾਜਪਾ ਉਹਨਾਂ ਦੀ ਪਾਰਟੀ ਆ, ਉਹਨਾਂ ਦੀ ਕੇਂਦਰ 'ਚ ਸਰਕਾਰ ਆ, ਉਹ ਸਾਰੀ ਸਥਿਤੀ ਨੂੰ ਸਪਸ਼ਟ ਕਰਨ ਵੀ ਸੱਚਾਈ ਹੈ ਕੀ ਆ, ਨਹੀਂ ਤਾਂ ਫਿਰ ਅਸੀਂ ਅਗਲੀਆਂ ਆਪਸ਼ਨਾਂ ਆਪਣੀ ਜਥੇਬੰਦੀ 'ਚ ਆਪਣੇ ਮੋਰਚੇ 'ਚ ਵਿਚਾਰ ਕੇ ਅਗਲੀ ਕਾਰਵਾਈ ਵਾਲੇ ਪਾਸੇ ਵਧਾਂਗੇ। ਔਰ ਦੂਸਰਾ ਜਿਹੜਾ ਹੁਣ ਕੱਲ੍ਹ ਆਪਣੇ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਨੇ, ਜਿਹੜੀ ਉਹਨਾਂ ਨੇ ਕੱਲ੍ਹ ਪਰਸੋਂ ਪ੍ਰੈਸ ਕਾਨਫਰੰਸ ਕੀਤੀ ਆ, ਜੋ ਕੁਝ ਉਹ ਬੋਲ ਕੇ ਗਏ ਨੇ ਵੀ ਜਿਵੇਂ ਜਿਵੇਂ ਹੁਣ ਪੂਰੇ ਦੇਸ਼ ਦੇ ਵਿੱਚ ਭਾਜਪਾ ਨੂੰ ਜੋ ਕੁਝ ਉਹਨਾਂ ਨੇ ਜ਼ੁਲਮ ਢਾਏ ਆ ਸਾਡੇ ਨਾਲ ਪੂਰੇ 13 ਫਰਵਰੀ ਤੋਂ ਬਾਅਦ, ਉਹ ਜਦੋਂ ਅਸੀਂ ਸਾਰੀ ਦੁਨੀਆ 'ਚ ਗੱਲ ਲੈ ਕੇ ਗਏ ਹਾਂ, ਅੱਜ ਤੁਹਾਡੇ ਸਾਹਮਣੇ ਵੀ ਕਹਿੰਦੇ ਹਾਂ, ਨਾ ਕਿਸੇ ਪਾਰਟੀ ਦਾ ਸਮਰਥਨ ਕਰਦੇ ਹਾਂ, ਨਾ ਕਿਸੇ ਨੂੰ ਕਹਿੰਦੇ ਵੀ ਫਲਾਣੇ ਨੂੰ ਵੋਟ ਪਾਓ ਅਤੇ ਫਲਾਣੇ ਨੂੰ ਵੋਟ ਨਾ ਪਾਓ, ਅਸੀਂ ਤਾਂ ਇਹ ਦੱਸਦੇ ਹਾਂ ਵੀ ਪਿਛਲੇ 10 ਸਾਲਾਂ ਵਿੱਚ ਮੋਦੀ ਸਰਕਾਰ ਨੇ ਵੀ ਕਿਹੜਾ ਕੰਮ ਕੀਤਾ ਵਾ। ਜਿਹੜੀ ਸਰਕਾਰ ਦਾਅਵਾ ਕਰਦੀ ਆ ਵੀ ਅਸੀਂ ਕਿਸਾਨਾਂ ਵਾਸਤੇ ਆਹਾ ਕੀਤਾ, ਜਦੋਂ ਮੋਦੀ ਸਾਹਿਬ ਆਏ ਉਹਨਾਂ ਦਾ ਇਹ ਵਾਅਦਾ ਸੀ ਵੀ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ, ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ C250 ਦੇ ਅਨੁਸਾਰ ਫਸਲਾਂ ਦੇ ਭਾਅ ਦੇਵਾਂਗੇ, ਦੂਜੀ ਟਰਮ ਦੇ ਵਿੱਚ ਆਮਦਨ ਦੁੱਗਣੀ ਕਰਨ ਦਾ ਉਹਨਾਂ ਦਾ ਵਾਅਦਾ ਸੀ। ਜਿਹੜੀ ਚਿੱਠੀ ਲਿਖੀ ਸੀ ਕਿਸਾਨ ਲੀਡਰਾਂ ਨੂੰ ਉਹਦੇ 'ਚ MSP ਲੀਗਲ ਗਰੰਟੀ ਕਾਨੂੰਨ ਬਣਾਉਣ ਦਾ ਵਾਅਦਾ ਸੀ, ਬਿਜਲੀ ਬਿੱਲ ਕਹਿੰਦੇ ਸੀ ਖਪਤਕਾਰਾਂ ਨੂੰ ਪੁੱਛ ਕੇ ਬਾਅਦ 'ਚ ਲਿਆਂਦਾ ਜਾਊ,
ਪਰ ਹੁਣ ਉਹ ਬਿਜਲੀ ਬਿੱਲ ਬਣਾ ਦਿੱਤਾ ਗਿਆ ਜਿਹੜਾ ਨਿੱਜੀਕਰਨ ਦਾ ਹੈਗਾ। ਤੋ ਅਸੀਂ ਤਾਂ ਦੇਸ਼ ਸਾਹਮਣੇ ਜਾਂ ਲਖੀਮਪੁਰ ਖੀਰੀ ਕਾਂਡ ਦਾ ਸਾਨੂੰ ਇਨਸਾਫ਼ ਨਹੀਂ ਦਿੱਤਾ ਗਿਆ, ਉਹ ਗੱਲਾਂ ਅਸੀਂ ਦੇਸ਼ ਦੇ ਸਾਹਮਣੇ ਰੱਖੀਆਂ ਔਰ ਅੰਦੋਲਨ ਸ਼ੁਰੂ ਕੀਤਾ ਹੈਗਾ। ਔਰ ਅੰਦੋਲਨ ਦੇ ਵਿੱਚ ਜਿਵੇਂ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ, ਜਿਵੇਂ ਨੈਸ਼ਨਲ ਹਾਈਵੇ ਦੇ ਉੱਤੇ ਬੈਰੀਕੇਟਿੰਗ ਕੀਤੀ ਆ, ਜਿਵੇਂ ਉੱਤੇ ਦੀਵਾਰਾਂ ਕੀਤੀਆਂ, ਅਸੀਂ ਤਾਂ ਅੱਜ ਵੀ ਮੰਗ ਕਰਦੇ ਤੁਹਾਡੇ ਥਰੂ, ਸਾਨੂੰ ਦੱਸ ਤਾਂ ਦਿਓ ਸੁਨੀਲ ਜਾਖੜ ਜੀ ਕਿ ਇਸ ਦੇਸ਼ ਦੇ ਕਿਹੜੇ ਕਾਨੂੰਨ ਦੇ ਤਹਿਤ ਨੈਸ਼ਨਲ ਹਾਈਵੇ ਦੇ ਉੱਤੇ ਦੀਵਾਰ ਕੱਢੀ ਜਾ ਸਕਦੀ ਆ, ਉੱਥੇ ਕਿੱਲਾਂ ਦੀ ਫਸਲ ਉਗਾਈ ਜਾ ਸਕਦੀ ਆ, ਔਰ ਕਿਹੜਾ ਦੇਸ਼ ਦਾ ਕਾਨੂੰਨ ਕਹਿੰਦਾ ਵੀ ਜੇ ਕਿਸਾਨ ਅੰਦੋਲਨ ਕਰਨ ਜਾਣ ਅਤੇ ਦੇਸ਼ ਦੇ ਅਰਧ ਸੈਨਿਕ ਫੋਰਸਾਂ ਦੀ ਤਾਕਤ ਵਰਤੀ ਜਾਵੇ, 70,000 ਤੋਂ ਉੱਪਰ ਹਰਿਆਣਾ ਦੇ ਵਿੱਚ ਅਰਧ ਸੈਨਿਕ ਫੋਰਸ ਲਾਏ ਗਏ, ਔਰ ਜਿਵੇਂ ਸਾਡੇ 'ਤੇ ਜਬਰ ਹੋਇਆ ਉੱਥੇ ਜਿਹੜੇ ਆ ਹੰਝੂ ਗੈਸ ਇਨੀਕਲ ਏਅਰ ਗਰਾਊਂਡ ਬ੍ਰੈਸਟ ਤੱਕ ਜਿਹੜੀ ਅਰਧ ਸੈਨਿਕ ਫੋਰਸ ਵਰਸਦੇ ਹੈਗੇ ਆ, ਇੱਥੋਂ ਤੱਕ 12 ਬੋਰ ਦੇ ਫਾਇਰ, ਇੱਥੋਂ ਤੱਕ ਆਪਣੇ SLR ਦੇ ਫਾਇਰ, ਇੱਥੋਂ ਤੱਕ ਵੀ ਹੱਦ ਤੋਂ ਵੱਧ ਜਬਰ ਜਿੰਨਾ ਕਰ ਸਕਦੀ ਸੀ ਸਰਕਾਰ ਉਨਾ ਕੀਤਾ ਗਿਆ। ਨਹੀਂ ਸਬਰ ਆਇਆ ਤਾਂ RSS ਦੇ ਗੁੰਡਿਆਂ ਨੂੰ ਲੈ ਕੇ ਖਨੌਰੀ ਬਾਰਡਰ ਦੇ ਵਿੱਚ ਪੰਜਾਬ ਦੀ ਹੱਦ ਵਿੱਚ ਵੜ ਕੇ ਸੈਂਕੜੇ ਟਰੈਕਟਰ ਤੋੜੇ ਗਏ, ਔਰ ਉੱਥੇ ਗੁਰਕਿਰਤ ਸਿੰਘ ਨੂੰ ਚੱਕ ਕੇ ਬੋਰੀ 'ਚ ਪਾ ਕੇ, ਸੋਰੀ ਪ੍ਰਿਤਪਾਲ ਸਿੰਘ ਨੂੰ ਚੱਕ ਕੇ ਉੱਥੇ ਜਾ ਕੇ ਕੁੱਟਮਾਰ ਕਰਕੇ, ਔਰ ਰੋਹਤਕ ਤੋਂ ਬਾਅਦ ਅਸੀਂ ਚੰਡੀਗੜ੍ਹ ਲੈ ਕੇ ਆਏ, ਜੋ ਉਹਦਾ ਹਸ਼ਰ ਕੀਤਾ ਇਹ ਦੁਨੀਆ ਨੇ ਦੇਖਿਆ ਹੈਗਾ। ਔਰ ਅਸੀਂ ਦੇਸ਼ ਦੇ ਸਾਹਮਣੇ ਗੱਲਾਂ ਰੱਖੀਆਂ ਵੀ ਸਾਡੇ ਨਾਲ ਕੀ ਜਬਰ ਹੋਇਆ, ਔਰ ਜਿਵੇਂ ਸ਼ਹੀਦ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ, ਉਹ ਗੱਲਾਂ ਦੇਸ਼ ਦੇ ਸਾਹਮਣੇ ਰੱਖੀਆਂ, ਔਰ ਅਸੀਂ ਮੰਗ ਕੀ ਕਰ ਰਹੇ ਵੀ ਸਾਡਾ ਕਸੂਰ ਕੀ ਸੀ। ਸਾਡਾ ਕਸੂਰ ਇੰਨਾ ਵਾ ਵੀ ਕਿਸਾਨ ਸਾਰੀਆਂ ਫਸਲਾਂ ਦੇ ਭਾਅ ਤੈਅ ਕਰਕੇ MSP ਲੀਗਲ ਗਰੰਟੀ ਕਾਨੂੰਨ ਦੀ ਮੰਗ ਕਰਦਾ, ਇਹਦਾ ਇਹ ਗੁਨਾਹ ਵਾ। ਇਹ ਕਹਿੰਦਾ ਵੀ ਕਿਸਾਨ ਅਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫ਼ ਕਰ ਦਿਓ, ਇਹ ਸਾਡਾ ਗੁਨਾਹ ਵਾ। ਅਸੀਂ ਇਹ ਕਹਿੰਦੇ ਹਾਂ ਵੀ 200 ਦਿਨ ਮਜ਼ਦੂਰ ਨੂੰ ਰੁਜ਼ਗਾਰ ਦੇ ਦਿਓ, 700 ਰੁਪਇਆ ਦਿਹਾੜੀ ਦੇ ਦਿਓ, ਇਹ ਗੁਨਾਹ ਆ। ਹੁਣ ਗਲੋਬਲ ਵਾਰਮਿੰਗ ਪੂਰੇ ਦੁਨੀਆ ਦੇ ਵਿੱਚ ਉਹਦਾ ਫੈਕਟ ਬਹੁਤ ਵੱਡੇ ਪੱਧਰ 'ਤੇ ਪੈ ਰਿਹਾ, ਸਾਡੀਆਂ ਫਸਲਾਂ ਮਾਰੀਆਂ ਜਾਂਦੀਆਂ। ਅਸੀਂ ਕਹਿੰਦੇ ਸਰਕਾਰ ਆਪਣੇ ਪੱਧਰ 'ਤੇ ਫਸਲੀ ਬੀਮਾ ਯੋਜਨਾ ਸ਼ੁਰੂ ਕਰੇ, ਇਹ ਮੰਗ ਕਰਨਾ ਸਾਡਾ ਗੁਨਾਹ ਹੈਗਾ। ਜਾਂ ਅਸੀਂ ਕਹਿੰਦੇ ਭਾਰਤ WTO ਤੋਂ ਬਾਹਰ ਆ ਜਾਵੇ, ਕਿਉਂਕਿ WTO ਦੀ ਨੀਤੀ ਖੇਤੀ ਸੈਕਟਰ ਨੂੰ ਬਰਬਾਦ ਕਰਨ ਵਾਲੀ ਆ। ਅਸੀਂ ਤਾਂ ਪੁੱਛਣਾ ਚਾਹਾਂਗੇ ਮਾਨਯੋਗ ਪ੍ਰਧਾਨ ਮੰਤਰੀ ਨੂੰ, ਉਹ ਦੱਸਣ ਵੀ ਪਿਛਲੇ 10 ਸਾਲਾਂ 'ਚ ਇਸ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਨੂੰ ਕਿਵੇਂ ਲਟਾਇਆ ਗਿਆ। ਔਰ ਅੱਜ ਜ਼ੋਰ ਲਾ ਕੇ ਵੀ ਭਾਜਪਾ ਜਿਹੜੀ January 2022 ਦੇ ਵਿੱਚ ਕਹਿੰਦੀ 400 ਤੋਂ ਪਾਰ ਜਾਣਾ ਵਾ, ਅੱਜ ਹਿੰਦੂ ਮੁਸਲਿਮ ਦਾ ਏਜੰਡਾ ਵੀ ਫੇਲ ਹੋਇਆ। ਪੰਡੀਰ ਯਹੀ ਨਹੀਂ ਰੁਕੇ, ਉਹਨੇ ਅੱਗੇ ਕਿਹਾ ਕਿ ਮੰਗਲ ਸੂਤਰ ਕਾ ਏਜੰਡਾ, ਨਾਨ ਵੈਜ ਔਰ ਵੈਜ ਆਰਕਸ਼ਣ ਕਾ ਮੁੱਦਾ ਸਭ ਫੇਲ ਹੋ ਗਿਆ ਹੈ, ਅਬ ਸਰਕਾਰ ਕੇ ਪਾਸ ਕਿਸਾਨੋ ਕਾ ਹੀ ਮੁੱਦਾ ਰਹਿ ਗਿਆ ਹੈ। ਫੇਲ ਹੋ ਗਿਆ ਇਹਦੋ ਕਹਾ, ਮੰਗਲ ਸੂਤਰ ਦਾ ਏਜੰਡਾ ਵੀ ਫੇਲ ਹੋ ਗਿਆ, ਕਿਹਨੂੰ ਆਰਕਸ਼ਣ ਦੇਣੀ ਆ ਤੇ ਕਿਹਨੂੰ ਨਹੀਂ ਦੇਣੀ ਇਹ ਵੀ ਫੇਲ ਹੋ ਗਿਆ, ਨਾਨ ਵੈਜ ਤੇ ਵੈਜ ਵੀ ਫੇਲ ਹੋ ਗਿਆ, ਹੁਣ ਸਾਰਾ ਕੁਝ ਫੇਲ ਹੋ ਗਿਆ। ਤੇ ਹੁਣ ਇਹ ਰਹਿ ਗਿਆ ਵੀ ਕਿਸਾਨਾਂ ਆਗੂਆਂ ਦੀ ਕਿਰਦਾਰ ਕੁਸ਼ੀ ਕਰੋ, ਹੁਣ ਕੋਈ ਹੱਥ 'ਚ ਨਹੀਂ ਰਹਿ ਰਿਹਾ। ਦੇਸ਼ ਦਾ ਕਿਸਾਨ ਖੇਤ ਮਜ਼ਦੂਰ ਸਿਆਣਾ ਹੋ ਗਿਆ, ਸਮਝਦਾਰ ਹੋ ਗਿਆ ਉਹ ਤਾਂ। ਔਰ ਜਿਹੜੇ ਸੁਨੀਲ ਜਾਖੜ ਜੀ ਕਹਿ ਰਹੇ ਨੇ ਵੀ ਪੰਜਾਬ ਵਾਲਿਆਂ 'ਤੇ ਕਣਕ ਝੋਨਾ ਹੀ ਲਾਉਣਾ, ਮੈਂ ਕਿਹਾ ਜਾਖੜ ਸਾਹਿਬ ਤੁਸੀਂ ਆਓ, ਤੁਹਾਨੂੰ ਖਾਲੀ ਅਸੀਂ ਆਲੂ ਵੀ ਲਾਉਂਦੇ ਹਾਂ, ਸਾਡੇ ਆਲੂ ਰੁਲਦੇ ਆ, ਮਟਰ ਵੀ ਲਾਉਂਦੇ ਹਾਂ ਉਹ ਵੀ ਸਾਡੇ ਰੁਲਦੇ ਆ, ਸਾਡੇ ਬਾਗ ਵੀ ਹੈਗੇ ਆ, ਫਲ ਦੀ ਖੇਤੀ ਵੀ ਪੰਜਾਬ 'ਚ ਹੁੰਦੀ ਆ, ਸਬਜ਼ੀਆਂ ਦੀ ਖੇਤੀ ਵੀ ਪੰਜਾਬ 'ਚ ਹੁੰਦੀ ਆ, ਸੂਰਜਮੁਖੀਆ ਵੀ ਪੰਜਾਬ 'ਚ ਹੁੰਦਾ, ਤੋਰੀਆਂ ਸਰੋਂ ਵੀ ਪੰਜਾਬ 'ਚ ਹੁੰਦਾ, ਮਾਂ ਮੂੰਗੀ ਵੀ ਪੰਜਾਬ 'ਚ ਹੁੰਦੇ ਆ, ਪਰ ਤੁਸੀਂ ਇਹ ਦੱਸੋ ਵੀ ਵਿਕਦੇ ਕਿੱਥੇ ਆ ਤੁਹਾਡੀ ਸਰਕਾਰ ਦਾ।
ਤੁਸੀਂ ਸਾਰੀਆਂ ਫਸਲਾਂ 'ਤੇ ਸਾਨੂੰ MSP ਲੈ ਕੇ ਦਿਓ ਔਰ ਫਿਰ ਸਾਨੂੰ ਦੱਸੋ। ਔਰ ਜੋ ਕੁਝ ਸੁਨੀਲ ਜਾਖੜ ਜੀ ਕਰ ਰਹੇ ਨੇ, ਬੰਦੇ ਤਾਂ ਹੈਗੇ ਨੇ ਭਲੇ ਪਰ ਕਸੰਗਤ 'ਚ ਫਸੇ ਨੇ, ਔਰ ਤੀਜੇ ਚੌਥੇ ਦਿਨ ਕਿਸੇ ਦੇ ਚੁੱਕੇ ਚਖਾਏ ਜਾਂ ਦਬਾਅ 'ਚ ਆ ਕੇ PC ਕਰਦੇ ਨੇ ਚੰਡੀਗੜ੍ਹ ਦੇ ਵਿੱਚ, ਔਰ ਰੱਜ ਕੇ ਕਿਸਾਨ ਲੀਡਰਾਂ ਨੂੰ ਗਾਲਾਂ ਕੱਢਦੇ ਨੇ। ਠੀਕ ਆ, ਪਿਛਲੀ ਵਾਰ ਗਰੇਵਾਲ ਸਾਹਿਬ ਕਹਿੰਦੇ ਸੀ ਵੀ ਸਾਨੂੰ ਸੱਦਾ ਸਹੀ ਢੰਗ ਨਾਲ ਨਹੀਂ ਦਿੱਤਾ ਗਿਆ। ਮੈਂ ਕਹਿੰਦਾ ਸੁਨੀਲ ਜਾਖੜ ਜੀ ਦੱਸ ਦਿਓ ਕਿਵੇਂ ਸੱਦਾ ਦਈਏ, ਜਿਹੜਾ ਢੰਗ ਤੁਸੀਂ ਲੱਭਿਆ ਵੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਦੇ ਹਾਂ। ਅਸੀਂ ਅੱਜ ਪ੍ਰੈਸ 'ਚ ਤੁਹਾਨੂੰ ਸੱਦਾ ਦੇਣਾ ਚਾਹੁੰਦੇ ਹਾਂ ਵੀ ਕਿਉਂ ਨਾ ਇੱਕ ਚੰਡੀਗੜ੍ਹ ਦੇ ਵਿੱਚ ਸਾਂਝੀ ਗੱਲਬਾਤ ਵਾਲਾ ਸੱਦਾ ਕਰ ਲਈਏ, ਫਿਰ ਵੇਖੀਏ, ਤੁਸੀਂ ਵੀ ਆ ਜਿਓ, ਤੁਹਾਡੇ ਕੋਲ ਤਾਂ ਬਹੁਤ ਆਰਥਿਕ ਮਾਹਰ ਨੇ, ਵੀ ਅਸਲ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ ਜਾਂ ਕਿਸਾਨਾਂ ਦੇ ਕਰਜ਼ੇ ਸਿਰਾਂ 'ਤੇ ਚੜ੍ਹ ਗਏ ਜਾਂ ਕਿਸਾਨਾਂ ਦੇ ਖਰਚੇ ਵੱਧ ਹੋ ਗਏ। ਅਸੀਂ ਤਾਂ ਤੁਹਾਨੂੰ ਦੱਸਣਾ ਚਾਹਾਂਗੇ, ਆਂਕੜੇ ਤੁਹਾਡੀ ਸਰਕਾਰ ਕੋਲ ਮਿਲ ਜਾਣੇ ਆ ਵੀ ਜਦੋਂ 2000 'ਚ ਮੋਦੀ ਸਾਹਿਬ ਆਏ ਸੀ ਉਦੋਂ ਡੀਜ਼ਲ ਦਾ ਰੇਟ ਕੀ ਸੀਗਾ, ਔਰ ਜਦੋਂ ਹੁਣ 10 ਸਾਲਾਂ ਬਾਅਦ ਕੀ ਆ, ਇਹਦੋਂ ਉਦੋਂ ਬੀਜਾਂ ਦੇ ਰੇਟ ਕੀ ਸੀ, ਅੱਜ ਕੀ ਹੈਗੇ ਆ, ਉਦੋਂ ਯੂਰੀਆ ਦਾ ਰੇਟ ਕੀ ਸੀ, ਅੱਜ ਕੀ ਹੈਗਾ, ਉਦੋਂ DAP ਦਾ ਰੇਟ ਕੀ ਸੀ, ਅੱਜ ਕੀ ਹੈਗਾ, ਉਦੋਂ ਪੈਸਟੀਸਾਈਡ ਦੇ ਰੇਟ ਕੀ ਸੀ, ਅੱਜ ਕੀ ਹੈਗਾ, ਉਦੋਂ ਖੇਤੀ ਮਸ਼ੀਨਰੀ ਦੇ ਰੇਟ ਕੀ ਸੀ, ਅੱਜ ਕੀ ਹੈਗੇ ਆ, ਕਿਸਾਨਾਂ ਦੀ ਲੇਬਰ ਕਿੰਨੀ ਲੱਗਦੀ ਆ, ਅੱਜ ਕਿੰਨੀ ਲੱਗ ਰਹੀ ਆ, ਔਰ ਆਪਾਂ ਖੁੱਲ੍ਹ ਕੇ ਚਰਚਾ ਕਰ ਲਾਂਗੇ। ਜੇ ਤੁਹਾਡੀ ਗੱਲ ਸਹੀ ਹੋਊਗੀ ਤੁਹਾਡੀ ਮੰਨ ਲਾਂਗੇ, ਫਿਰ ਪਤਾ ਲੱਗ ਜੂ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਆ ਕਿ ਜਾਂ ਜਿਹੜਾ ਕੁਝ ਰਹਿੰਦਾ ਸੀਗਾ ਉਹ ਵੀ ਖਤਮ ਕਰਕੇ ਰੱਖ ਦਿੱਤਾ। ਹਾਂ ਠੀਕ ਆ, ਅੱਜ ਮੋਦੀ ਸਾਹਿਬ ਦਾ ਏਜੰਡਾ ਫੇਲ ਹੋ ਰਿਹਾ, ਠੀਕ ਆ, ਅਸੀਂ ਉਹਦੇ ਵਿੱਚ ਬਹੁਤ ਵੱਡਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਰੋਲ ਆ, ਉਹਨਾਂ ਨੇ ਦੇਸ਼ ਦੇ ਕਿਸਾਨਾਂ ਨੂੰ ਕੁੱਟਿਆ ਲੁੱਟਿਆ, 80 ਕਰੋੜ ਕਿਸਾਨਾਂ ਦੀ ਆਬਾਦੀ ਆ, ਉਹ ਖੁਸ਼ ਨਹੀਂ ਹੈਗੇ ਮੋਦੀ ਸਾਹਿਬ 'ਤੇ। ਔਰ ਤੁਹਾਡੇ ਦੇਸ਼ ਨੈਸ਼ਨਲ ਲੈਵਲ ਦੇ ਜਿਹੜੇ ਆਂਕੜੇ ਆ ਬੜੇ ਵੋਟਾਂ ਨੂੰ ਲੈ ਕੇ, ਉਹ ਤੁਹਾਡੇ ਹੱਕ 'ਚ ਨਹੀਂ ਭੁਗਤ ਰਹੇ ਹੈਗੇ, ਤਾਂ ਤੁਸੀਂ ਜਾਖੜ ਸਾਹਿਬ ਉਹ ਸਾਰਾ ਨਜ਼ਲਾ ਸਾਡੇ 'ਤੇ ਸੁੱਟ ਰਹੇ ਹੋ, ਇਹ ਠੀਕ ਨਹੀਂ ਹੈਗਾ। ਔਰ ਅਸੀਂ ਚਾਹੁੰਦੇ ਹਾਂ ਅਸੀਂ ਤਾਂ ਤੁਹਾਡੇ ਨਾਲ ਤੁਹਾਡੀ ਨੈਸ਼ਨਲ ਲੀਡਰਸ਼ਿਪ ਆ ਜੇ, ਜਿੱਥੇ ਕਹੋ, ਅਸੀਂ ਉੱਦਣ ਵੀ ਕਿਹਾ ਸੀ ਤੁਸੀਂ ਕਹੋ ਅਸੀਂ ਦਿੱਲੀ ਆਉਣ ਨੂੰ ਤਿਆਰ ਹੈ, ਤੁਸੀਂ ਬਹਿ ਜਾਓ, ਤੁਹਾਡੇ ਕੋਲ ਤਾਂ ਆਰਥਿਕ ਮਾਹਰ ਆ, ਅਸੀਂ ਚਰਚਾ ਕਰ ਲੈਂਦੇ, ਪੂਰਾ ਦੇਸ਼ ਦੇਖੂਗਾ, ਪੂਰਾ ਦੇਸ਼ ਦੇਖੂਗਾ ਵੀ ਕਿਸਾਨ ਆਗੂਆਂ ਦੀ ਗੱਲ ਸਹੀ ਆ ਜਾਂ ਤੁਹਾਡੀ ਸਰਕਾਰ ਦੀ ਗੱਲ ਸਹੀ ਆ, ਆਪੇ ਦੁੱਧ ਦਾ ਦੁੱਧ ਦੁੱਧ ਪਾਣੀ ਦਾ ਪਾਣੀ ਹੋਜੂ। ਇਸੇ ਤਰੀਕੇ ਨਾਲ ਹੁਣ ਮੇਰੇ ਖਿਆਲ 22 ਤਰੀਕ ਨੂੰ ਜਦੋਂ ਅਸੀਂ 100 ਦਿਨ ਮਨਾ ਰਹੇ ਹਾਂ, ਤਾਂ ਜਿਹੜੇ ਅੰਮ੍ਰਿਤਸਰ ਦੇ ਸੰਧੂ ਸਾਹਿਬ ਨੇ ਜਿਹੜੇ ਭਾਜਪਾ ਦੇ ਇਸ ਵੇਲੇ ਟਿਕਟ 'ਤੇ ਲੜ ਰਹੇ ਨੇ, ਉਹ ਸੰਜੋਗ ਪੈਲਸ ਹੈ ਮੇਰੇ ਖਿਆਲ ਮਜੀਠੇ, ਉੱਥੇ ਜਾਣਾ ਕੱਥੂ ਨੰਗਲ ਉਹਨਾਂ ਨੇ, ਸੋਰੀ, ਠੀਕ ਹੈ, ਉਹਨਾਂ ਦਾ ਪ੍ਰੋਗਰਾਮ ਆ, ਔਰ ਅਸੀਂ ਵੀ ਜਾਵਾਂਗੇ ਬਾਈ ਉੱਥੇ, ਠੀਕ ਆ, ਰਧਾਵਾ ਪੈਲਸ, ਸੋਰੀ, ਠੀਕ ਆ, ਉਹਨਾਂ ਦਾ ਆਪਣਾ ਹੀ ਆ MLA ਸਾਹਿਬ ਦਾ, ਔਰ ਉੱਥੇ ਜਾਣਗੇ ਨਾਲੇ MLA ਸਾਹਿਬ ਕੋ ਜਿਹੜੇ ਕਰੋੜ ਉਹਨਾਂ ਨੇ ਗੱਲਬਾਤ ਹੋਈ ਉਹਦਾ ਹਿਸਾਬ ਕਿਤਾਬ ਲਵਾਂਗੇ, ਨਾਲੇ ਤਰਨਜੀਤ ਸੰਧੂ ਸਾਹਿਬ ਕੋ ਗੱਲਬਾਤ ਕਰਾਂਗੇ ਵੀ ਸਾਡੇ ਨਾਲ ਆਓ ਚਰਚਾ ਕਰੋ। ਅਸੀਂ ਅੱਜ ਵੀ ਤੁਹਾਡੇ ਮਾਧਿਅਮ ਨਾਲ ਪੰਜਾਬ ਦੇ DGP ਨੂੰ, ਪੰਜਾਬ ਇੱਥੇ ਅੰਮ੍ਰਿਤਸਰ ਦੇ SSP ਨੂੰ, ਇੱਥੋਂ ਦੇ DIG ਨੂੰ ਬੇਨਤੀ ਕਰਨਾ ਚਾਹੁੰਦੇ ਹਾਂ, ਕੋਈ ਪੀਸਫੁੱਲੀ ਕਰਾਂਗੇ ਬਈ, ਇਹਨਾਂ ਨਾਲ ਗੱਲ ਕਰ ਲਓ, ਸਾਨੂੰ ਅਤੇ ਇਹਨਾਂ ਨੂੰ ਪ੍ਰੈਸ ਨੂੰ ਆਹਮਣੇ ਸਾਹਮਣੇ ਬਾਲ ਦਿਓ, ਅਸੀਂ ਸਵਾਲ ਜਵਾਬ ਕਰਨਾ ਚਾਹੁੰਦੇ ਹਾਂ, ਸਾਡੇ ਸਵਾਲਾਂ ਦਾ ਜਿਹੜਾ ਮਰਜ਼ੀ ਹੈ ਜਵਾਬ ਦੇਣਾ ਚਾਹੁਣ, MLA ਸਾਹਿਬ ਦੇ ਦੇਣ, ਠੀਕ ਹੈ ਜੀ, ਅਸੀਂ ਫਿਰ ਵਿਰੋਧ ਵੀ ਨਹੀਂ ਕਰਾਂਗੇ। ਜੇ ਸਾਡੇ ਸਵਾਲਾਂ ਦੇ ਜਵਾਬ ਵੀ ਨਹੀਂ ਦੇਣੇ, ਸਾਨੂੰ ਮਿਲਣਾ ਵੀ ਨਹੀਂ ਹੈ, ਫਿਰ ਭਈ ਸਾਡਾ ਵਿਰੋਧ ਕਰਨ ਦਾ ਇਹ ਡੈਮੋਕ੍ਰੈਟਿਕ ਢੰਗ ਹੈਗਾ ਹੈਗਾ ਵਾ ਜਿਹਦਾ ਅਸੀਂ ਅੱਜ ਐਲਾਨ ਕਰਦੇ ਹਾਂ। ਹਾਂ, ਇਹ ਕਿਉਂ ਰੱਖਿਆ ਗਿਆ ਪ੍ਰੋਗਰਾਮ, ਕੋਈ ਰਣਜੀਤ ਸਿੰਘ ਜੀ ਲੋਕਲ ਨੇ, ਉਹਨਾਂ ਨੂੰ ਲੱਗਦਾ ਵੀ ਇਹ 100 ਦਿਨ ਹੋ ਰਿਹਾ ਇਹਨਾਂ ਦਾ ਉੱਥੇ ਅਤੇ ਫਸੇ ਹੋਣਗੇ, ਕੋਈ ਨਹੀਂ, ਅਸੀਂ 4 ਪਿੰਡ ਘੱਟ ਲੈ ਜਾਵਾਂਗੇ, ਪਰ ਜ਼ਰੂਰ ਤੁਹਾਡੇ ਕੋਲ ਜ਼ਰੂਰ ਰਣਜੀਤ ਸਿੰਘ MLA ਸਾਹਿਬ ਕੋਲ ਜ਼ਰੂਰ ਪੁੱਛਣ ਆਵਾਂਗੇ ਵੀ ਉਹ ਕਰੋੜਾਂ ਦੀ ਰਕਮ ਕਿੱਧਰੋਂ ਆ ਰਹੀ ਆ, ਕਿੱਧਰ ਜਾ ਰਹੀ ਆ,
ਕਿਹੜੇ ਤੁਹਾਡੇ ਨਾਲ ਆਗੂ ਮਿਲ ਰਹੇ, ਤੁਹਾਨੂੰ ਜਨਤਕ ਕਰਨਾ ਚਾਹੀਦਾ ਵੀ ਜੇ ਵਾਕਿਆ ਹੀ ਇਸ ਕਿਸਮ ਦੇ ਕਿਸਾਨ ਆਗੂ ਹੈਗੇ ਨੇ ਤਾਂ ਦੇਸ਼ ਦੇ ਸਾਹਮਣੇ ਗੱਲ ਲੈ ਕੇ ਜਾਓ, ਸਗੋਂ ਨੈਸ਼ਨਲ ਲੀਡਰਸ਼ਿਪ ਨੂੰ ਲੈ ਕੇ ਦਿੱਲੀ ਪ੍ਰੈਸ ਕਾਨਫਰੰਸ ਕਰੋ, ਦੁਨੀਆ ਨੂੰ ਵੀ ਪਤਾ ਲੱਗੇ ਵੀ ਕਿੰਨਾ ਨਾ ਕਰੋੜਾਂ ਦੀ ਗੱਲ ਹੋ ਰਹੀ, ਕਿੱਧਰ ਕਰੋੜ ਜਾਣੇ ਹੈਗੇ ਆ। ਤਾਂ ਇਹ ਆ ਬਾਕੀ ਸਾਡਾ 22 ਦਾ ਪ੍ਰੋਗਰਾਮ ਹੈਗਾ, ਇਹ ਸ਼ੰਭੂ, ਖਨੌਰੀ, ਡੱਬ ਵਾਲੀ ਅਤੇ ਰਤਨਪੁਰਾ ਰਾਜਸਥਾਨ, ਚਾਰ ਥਾਵਾਂ 'ਤੇ ਮੋਰਚਾ, ਲੱਖਾਂ ਦਾ ਇਕੱਠ ਕਰ ਰਹੇ ਹਾਂ। ਅੰਮ੍ਰਿਤਸਰ ਜ਼ਿਲ੍ਹੇ ਨੇ ਇਕੱਲੀਆਂ 100 ਬੱਸਾਂ ਆਪਣੀਆਂ ਕਰ ਰੱਖੀਆਂ ਨੇ, ਇਸ ਤਾਂ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ। ਉੱਦਣ ਦੇਖੋ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਵਾਲਾ ਇਕੱਠ ਕਰਾਂਗੇ ਲੱਖਾਂ ਦਾ, ਔਰ ਅਸੀਂ ਪ੍ਰੈਸ ਨੂੰ ਵੀ ਸੱਦਾ ਦੇਣੇ ਹਾਂ ਵੱਧ ਤੋਂ ਵੱਧ ਉੱਦਣ ਬਾਰਡਰਾਂ 'ਤੇ ਪ੍ਰੈਸ ਪਹੁੰਚੇ, ਔਰ ਉਹ ਦੱਖ ਹੀ ਦੇਖੇ, ਸਾਡੇ ਤਾਂ ਦਾਅਵੇ ਹੋਣਗੇ ਵੀ ਇਹ ਦਾਅਵੇ ਕਰ ਰਹੇ ਨੇ, ਔਰ ਉਹ ਵੱਧ ਤੋਂ ਵੱਧ ਦੇਖੇ। ਔਰ ਜੇ ਵਾਰ ਵਾਰ ਜਾਖੜ ਸਾਹਿਬ ਕਹਿੰਦੇ ਆ ਮਸਲਾ ਗੱਲਬਾਤ ਨਾਲ ਹੱਲ ਹੋਣਾ ਵਾ, ਅਸੀਂ ਜਾਖੜ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ, ਗੱਲਬਾਤ ਤੋੜੀ ਕਿੰਨਾ ਨੇ, ਜਾਖੜ ਸਾਹਿਬ ਸਾਨੂੰ ਇੰਨੀ ਗਰਮੀ ਵਿੱਚ ਉੱਥੇ ਬਹਾਲਿਆ ਕਿੰਨਾ ਨੇ ਆ, ਤੁਸੀਂ ਜਵਾਬ ਦੇ ਦਿਓ। ਗੱਲਬਾਤ ਜੇ ਤਾਂ ਕਿਸਾਨ ਲੀਡਰਾਂ ਨੇ ਤੋੜੀ ਵੀ ਅਸੀਂ ਤੁਹਾਡੇ ਨਾਲ ਹੁਣ ਗੱਲ ਹੀ ਨਹੀਂ ਕਰਨੀ ਹੈਗੀ, ਤਾਂ ਫਿਰ ਤਾਂ ਕਿਸਾਨ ਲੀਡਰ ਦੋਸ਼ੀ ਨੇ। ਗੱਲਬਾਤ ਤਾਂ ਤੁਸੀਂ ਤੋੜੀ ਹੈਗੀ ਆ ਵੀ ਆਹ ਤੁਹਾਨੂੰ ਦਿੰਦੇ ਹਾਂ ਕੰਟਰੈਕਟ ਫਾਰਮਿੰਗ, ਜੇ ਕੰਟਰੈਕਟ ਫਾਰਮਿੰਗ 'ਤੇ ਐਗਰੀ ਹੋਣਾ ਤਾਂ ਹੋ ਜਾਓ, ਨਹੀਂ ਤਾਂ ਅਸੀਂ ਤੁਹਾਡੇ ਨਾਲ ਅਗਲੇ ਰਾਊਂਡ ਦੀ ਗੱਲਬਾਤ ਵੀ ਨਹੀਂ ਕਰਨੀ ਹੈਗੀ। ਤਾਂ ਕਦੀ ਵੀ ਕਿਸਾਨ ਲੀਡਰ ਉਹ ਸਮਝੌਤਾ ਨਹੀਂ ਕਰਨਗੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿੱਚ ਨਾ ਹੋਵੇ, ਅਤੇ ਨਾ ਕਦੀ ਗਾਂਹ ਕਰਾਂਗੇ। ਤੁਹਾਨੂੰ ਹੋਰ ਜਾਣਕਾਰੀ ਦੇ ਦਿਆਂ ਵੀ ਹਰਿਆਣੇ ਦੇ ਵਿੱਚ 19 ਮਈ ਨੂੰ ਬਹੁਤ ਵੱਡੀ ਮਹਾਂਪੰਚਾਇਤ ਵੀ ਮੋਰਚਾ ਕਰੂਗਾ, ਔਰ ਉਹਦੀਆਂ ਤਿਆਰੀਆਂ ਹਰਿਆਣੇ 'ਚ ਮੁਕੰਮਲ ਹੈਗੀਆਂ ਨੇ ਸਰਕਾਰ। ਅਗਰ ਇਹ ਵੀਡੀਓ ਆਪਕੋ ਪਸੰਦ ਆਇਆ ਹੈ ਤੋ ਇਸੇ ਲਾਈਕ ਜ਼ਰੂਰ ਕਰੇਂ, ਅਗਰ ਚੈਨਲ ਅਭੀ ਤੱਕ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਕਰ ਲੇ, ਔਰ ਨੋਟੀਫਿਕੇਸ਼ਨ ਪਾਣੇ ਕੇ ਲਿਏ ਬੈਲ ਆਈਕਨ ਭੀ ਦਬਾ ਦੇਂ।